وأصحابه أجمعين. أما بعد فأعوذ بالله من الشيطان الرجيم. بسم الله الرحمن الرحيم. قل لا أسألكم عليه أجرا إلا المودة في القربى في مقام آخر. أشداء على الكفار في شان حبيبه إن الله وملائكته يصلون على النبي. يا أيها الذين آمنوا صلوا عليه وسلموا تسليما. اللهم صل على محمد وعلى آل محمد وبارك وسلم. الصلاة والسلام عليك يا سيدي رسول اللہ. سجن سارے پڑھو ہادی لگاؤ سونے دی دربار جسلات وسلام علیک یا سیدی یا حبیب اللہ. قال النبي صلى الله تعالى عليه وسلم إن الحسن والحسين سيد شباب أهل الجنة. قال النبي صلى الله تعالى عليه وسلم لو كان نبي بعدي لكان عمر بن الخطاب. قال النبي صلى الله تعالى عليه وسلم قبر المؤمن روضة من رياض الجنة. صدق الله العلي العظيم وصدق رسوله النبي الكريم. والمل يوسف مصر دوچ تے اون دی آن چ فرق نی آ سکدا ہووے عاشق پاک بلال وانگو و ایمان چ فرق نی آ
ਸਕਦਾ ਹੋਵੇ ਕਾਰੀ ਪੀਰ ਹੁਸੈਨ ਜੀਆ ਕੁਰਾਨ ਚ ਫਰਕ ਨਹੀਂ ਆ ਸਕਦਾ ਵਜੇ ਨਿਸ਼ਾਨ ਰਸੂਲ ਬਿਆਨ ਕਰੇ ਉਹਦੀ ਸ਼ਾਨ ਚ ਫਰਕ ਨਹੀਂ ਆ ਸਕਦਾ ਕਿਤਨਾ ਅਜ਼ੀਮ ਤਰ ਹੈ ਕੁਰਬਾਨੀ ਹੁਸੈਨ ਦੀ ਬਚਪਨ ਹੁਸੈਨ ਦਾ ਜਵਾਨੀ ਹੁਸੈਨ ਦੀ ਇਤਨਾ ਸੋਹਣਾ ਤਹਾ ਬੀਬੀ ਫਾਤਮਾ ਦਾ ਲਾਲ ਚੁੰਮਦੇ ਰਸੂਲ ਪਾਖਨ ਪਛਾਣੀ ਹੁਸੈਨ ਦੀ ਜਿਹੜੇ ਜਾਣਦੇ ਵੀ ਮੌਲਾ ਹੁਸੈਨ ਉੱਚਾ ਸੁਭਾਨ ਅੱਲਾਹ ਲੈ ਸੋ ਲੁਤਫ ਕਿਤਨਾ ਨਮਾਜ਼ ਵਿੱਚ ਹੈ ਤੇ ਇਹ ਗਾਲ ਹਾਲੀ ਵਿਰਾਜ਼ ਵਿੱਚ ਹੈ ਹੁਸੈਨ ਸਜਦੇ ਤੂੰ ਸਰ ਨਹੀਂ ਚਾਹਤਾ ਹੁਸੈਨ ਅੱਜ ਵੀ ਨਮਾਜ਼ ਵਿੱਚ ਹੈ ਹਮਦੋ ਸਲਾਤ ਤੋਂ ਬਾਅਦ ਦੁਆ ਹੈ ਅੱਲਾਹ ਤਾਲਾ ਤੁਹਾਡੀ ਮੇਰੀ ਹਾਜ਼ਰੀ ਬਬਰਕਤ ਮਹਿਫਿਲੇ ਈਸਾਲ ਸਵਾਬ ਔਰ ਜ਼ਿਕਰ ਸੈਯਦਨਾ ਇਮਾਮ ਅਲੀ ਮਕਾਮ ਇਮਾਮ ਹੁਸੈਨ ਅਲੈਹਿਸ ਸਲਾਮ ਦੇ ਅੰਦਰ ਹਾਜ਼ਰੀ ਕੋ ਅੱਲਾਹ ਸ਼ਰਫ ਕਬੂਲੀਅਤ ਬਖਸ਼ੇ ਅਜ਼ੀਜ਼ ਮੁਹਤਰਮ ਭਾਈ ਬਸ਼ੀਰ ਅਹਿਮਦ ਸਾਹਿਬ ਨੇ ਬਿਰਾਦਰਾਨ ਨੇ ਅੱਲਾਹ ਦੇ ਨਾਂ ਦੀ ਖੈਰਾਤ ਕੀਤੀ ਆਪਣੇ ਅੱਬੇ ਹਾਜੀ ਅਹਿਮਦ ਯਾਰ ਮਰਹੂਮ ਦੀ ਰੂਹ ਕੋ ਈਸਾਲ ਸਵਾਬ ਦੇ ਤੋਹਫ਼ੇ ਪੇਸ਼ ਕਰਨ ਵਾਸਤੇ ਇਹ ਸੋਹਣਾ ਪ੍ਰੋਗਰਾਮ ਮੁਨਕਿਦ ਕੀਤੇ ਨੇ ਉਹ ਖੁਸ਼ਕਿਸਮਤ ਬਜ਼ੁਰਗ ਹੈ ਜਿਹਦੀ ਔਲਾਦ ਕੋ ਅੱਲਾਹ ਨੇ ਤੋਫੀਕ ਬਖਸ਼ੀ ਹੈ ਸਜਣੋ ਮਰ ਤਾਂ ਵੰਜਣੇ ਇੱਕ ਨਾ ਇੱਕ ਦੀ ਝੋਕਣ ਲਡਾ ਵੰਜਣੇ ਮੈਂ ਦੁਆ ਕਰੇਨਾ ਤੁਸੀਂ ਆਮੀਨ ਆਖੋ ਉਹ ਸੱਜਣ ਖੁਸ਼ਕਿਸਮਤ ਹਨ ਜਿਨ੍ਹਾਂ ਦੇ ਮਰਨ ਦੇ ਬਾਅਦ ਉਹਨਾਂ ਦੀ ਔਲਾਦ ਕੁਰਾਨ ਪੜ੍ਹਵੈਂਦੀ ਹੈ ਜ਼ਿਕਰ ਅਜ਼ਕਾਰ ਕਰਕੇ ਉਹਨਾਂ ਦੀ ਰੂਹ ਕੋ ਸਵਾਬ ਪਹੁੰਚੈਂਦੀ ਹੈ ਅੱਲਾਹ ਕਰੇ ਜਦੋਂ ਸਾਡਾ ਹੀ ਖਾਤਮਾ ਇਮਾਨ ਦੇ ਥੀ ਵੇ ਕੋਈ ਪਿੱਛੋਂ ਕੁਰਾਨ ਪੜ੍ਹਨ ਪੜ੍ਹਾਵਣ ਵਾਲਾ ਹੋਵੇ ਯਕੀਨ ਕਾਮਿਲ ਹਜ਼ੂਰ ਦਾ ਸਦਕਾ ਬਸ਼ੀਰ ਅਹਿਮਦ ਸਾਹਿਬ ਨੇ ਜਿਸ ਵਕਤ ਦਾ ਇਹਤਮਾਮ ਕੀਤੇ ਮਹਿਫਿਲ ਜਾਰੀ ਥਈਏ ਅੱਬੇ ਦੀ ਕਬਰ ਤੇ ਰਹਿਮਤ ਵਸਦੀ ਪਈ ਹੈ ਉਹਦੀ ਰੂਹ ਦੁਆਵਾਂ ਦੇਂਦੀ ਪਈ ਹੈ ਜੋ ਅੱਲਾਹ ਮੇਰੇ ਬੱਚਣੇ ਦੀ ਝੋਕ ਕੋ ਹਮੇਸ਼ਾ ਆਬਾਦ ਰੱਖੀ ਔਰ ਔਲਾਦ ਉਹ ਚੰਗੀ ਹੁੰਦੀ ਹੈ ਜਿਹੜੇ ਪਿਓ ਮਾਂ ਦੇ ਜੀਨੇ ਵੀ ਖਿਦਮਤ ਕਰੇ ਤੇ ਤੁਰ ਵੰਜਣ ਦੇ ਬਾਅਦ ਹੀ ਉਹਨਾਂ ਵਾਸਤੇ ਕੁਰਾਨ ਔਰ ਬਖਸ਼ਿਸ਼ ਦਾ ਇਹਤਮਾਮ ਕਰਾਵੇ ਮੈਂ ਦੁਆਈ ਦੇਣਾ ਅੱਲਾਹ ਤਾਲਾ ਮਰਹੂਮ ਦੀ ਕਬਰ ਕੋ ਜੰਨਤ ਦੇ ਬਾਗਾਂ ਚੋਂ ਬਾਗ ਬਣਾਵੇ ਇਸਲਾਮੀ ਸਾਲ ਦਾ ਪਹਿਲਾ ਮਹੀਨਾ ਤੇ ਦੂ ਤਾਰੀਖ ਅੱਜ ਮੁਹਰਮ ਉਲ ਹਰਾਮ ਦੀ ਇਸਲਾਮੀ ਸਾਲ ਦਾ ਪਹਿਲਾ ਮਹੀਨਾ ਮੁਹਰਮ ਹੈ ਆਖਰੀ ਤੇ ਬਾਰਵਾਂ ਮਹੀਨਾ ਜ਼ਿਲ ਹਜ ਹੈ ਦੇਖੋ ਇਸਲਾਮ ਦਾ ਹੁਸਨ ਕਿ ਇਹਦੀ ਇਬਤਦਾ ਵੀ ਕੁਰਬਾਨੀ ਦੇ ਨਾਲ ਹੈ ਤੇ ਇਹਦੀ ਇੰਤਹਾ ਵੀ ਕੁਰਬਾਨੀ ਦੇ ਨਾਲ ਹੈ ਸੱਜਣ ਕੁਝ ਨਿਖੜੇ ਬੈਠੇ ਵੇ ਈ ਮਜਬੂਰੀ ਤੂੰ ਜੋ ਦਰਮਿਆਨ ਅੱਜ ਧੁੱਪੇ ਗਰਮੀ ਹੈ ਮਾਈ ਵਾਸਤੇ ਤੱਕੋ ਤੰਗ ਨਹੀਂ ਕੀਤਾ ਜੋ ਮੇਰੇ ਨੇੜੇ ਆ ਵੰਜੋ ਖੁੱਲ੍ਹੇ ਖੁੱਲ੍ਹੇ ਥੀ ਕੇ ਬਹੋ ਲੇਕਿਨ ਜਿੱਥ ਬਹੋ ਹਜ਼ੂਰ ਦੇ ਨੌਕਰ ਬਣ ਕੇ ਬਹੋ ਇਹ ਨਿਖੜ ਕੇ ਬਹਿ ਕੇ ਤਵੱਜੋ ਨਾ ਹਟ ਵੰਜੇ ਮੈਂ ਕੋਈ ਰਸਮੀ ਗਾਲ ਨਹੀਂ ਕਰਨੀ ਜਾਂ ਕੁਰਾਨ ਪੜ੍ਹਨੇ ਜਾਂ ਸੋਹਣੇ ਦਾ ਫਰਮਾਨ ਪੜ੍ਹਨੇ ਤੇ ਜਿਤਨਾ ਮੈਂ ਸਮੇਤ ਅਦਬ ਨਾਲ ਸੁਣ ਗਿਣ ਸੁਣਾ ਇਨਸ਼ਾਅੱਲਾ ਖਾਲੀ ਝੋਲਿਆਂ ਘਿਨ ਆਇਆ ਹੈ ਰਹਿਮਤ ਨਾਲ ਭਰ ਕੇ ਵੇਸੂ ਆ ਤਾਂ ਉਵੇਂ ਗਏ ਆਏ ਗਰਮੀ ਦੇ ਮੌਸਮ ਵਿੱਚ ਕਾਰੋਬਾਰ ਛੋੜ ਕੇ ਆਏ ਬੈਠੇ ਆਏ ਪਸੀਨਾ ਪਸੀਨਾ ਇੱਥੇ ਬੈਠੇ ਆਏ ਤੇ ਜ਼ਿਹਨ ਇਹੋ ਬਣਾ ਕੇ ਬਹੁ ਬਸ਼ੀਰ ਅਹਿਮਦ ਕੋ ਖੁਸ਼ ਕਰਨ ਨਹੀਂ ਸੇ ਆਏ ਰੱਬ ਦੇ ਯਾਰ ਦੀ ਰਜ਼ਾ ਵਾਸਤੇ ਆਏ ਹੈ ਨਬੀਆਂ ਦੇ ਸਰਦਾਰ ਕੋ ਰਾਜ਼ੀ ਕਰਨ ਵਾਸਤੇ ਆਏ ਹੈ ਤਾਂ ਇਨਸ਼ਾਅੱਲਾ ਇਹ ਜ਼ਿਕਰ ਬਹਾਣਾ ਕਬਰ ਹਸ਼ਰ ਦਾ ਫਾਇਦਾ ਥੀ ਸੀ ਇਨਸ਼ਾਅੱਲਾ ਅਜ਼ੀਜ਼ ਪਾਕਿਆਂ ਦਾ ਜ਼ਿਕਰ ਖੈਰ ਹੈ ਇਸਲਾਮ ਦੀ ਇਬਤਦਾ ਵੀ ਕੁਰਬਾਨੀ ਦੇ ਨਾਲ ਹੈ ਇੰਤਹਾ ਵੀ ਕੁਰਬਾਨੀ ਦੇ ਨਾਲ ਹੈ ਨਾ ਜ਼ਿਲ ਹਜ ਕੋ ਵੀ ਕੁਰਬਾਨੀ ਥਈਏ ਨਾ ਮੁਹਰਮ ਕੋ ਵੀ ਕੁਰਬਾਨੀ ਥਈਏ ਲੇਕਿਨ ਹਜ਼ਰਾਤ ਉਹ ਕੁਰਬਾਨੀ ਨਾ ਜ਼ਿਲ ਹਜ ਵਾਲੀ
मकाम मीना उत्ते जड़ी थई है अल्लाह अकबर ओ जाहरी तौर ते दुंबे दी है पर हकीकत मेरे मिठे नबी दे कुंबे दी है ऊ कुर्बानी दी तकमील इब्तदा इब्राहिम अलै सलाम ते इस्माइल अलै सलाम की थी है और ई कुर्बानी दी तकमील मौला हुसैन ने करबला दी धरती ते कर छोड़ी जस नाल सुभान अल्लाह लाओ ईमान तादा थी वे इंशाल्लाह लदीद पाक दे जिक्र करे सू थोड़ा जहा बरकत वास्ते एक जवान दी कल शहादत थई है ते असा है ना सुन्नी अल्हम्दुलिल्लाह ते सुन्नी जरा उन्हें ना ओ एक नंबर सुन्नी उकवा दन जरा सहाबा कोई मन्ने ते हुजूर दी औलाद कोई मन्ने सारे खुश बैठे में ना सारे मनन वाले बैठे हो ते कल एक जवान दी शहादत थई है 26 जलहज को अबू लोलो फिरोज मजूसी ने जख्मी कीते जनाब सैयदना हजरत उमर इब्न खत्ताब को ते यक्को मुहर्रम को आप दी शहादत थई है इवें थोड़ा जा बरकत कीते उना दा जिक्र करे साचा ताकि ओ निस्बत दा सवाब भी हाजी अहमद यार दे रूह को पहुंचे शहीद उमर पाक दी जिक्र दा सवाब भी पहुंचे और नबी दे नवासे दा जिक्र खैर उना दी रूह को पहुंचे खुशकिस्मत बुजुर्ग जिंदी याद च अल्लाह अकबर उने हस्ते दा सहाबा वाले अल्लाहु अकबर या रसूल अल्लाह सल्लल्लाहु अलैहि वसल्लम खिलाफ नारा है आए दूरी अजमत हुसैन अल्लाह अल्लाह सरकारे दो आलम नूर मुजस्सम सल्लल्लाहु तआला अलैहि वसल्लम दी मुकद्दस जात गुलामो रब्बे कायनात ने कुरान मुकद्दस दे अंदर अपने महबूब दे आल दा जिक्र खैर फरमाए ए जड़ी मोहब्बत करेने आए हुसैन पाक दा ना आवे मोमने दा सीना ठरवे दे अखें दे विच नूर आवे दे हजरात ए की साडी मोहब्बत मन घड़ तू नहीं कोई रस्मी नहीं इंदी दलील अल्लाह दे कुरान चुए नबी दी औलाद दी मोहब्बत नस कती अमरे वहदतुल वजूद अल्लाह पंजी सिपाराए सूरत शूराए कुरान पढ़दा पिया अल्लाह मेरी तिलावत करदा सवाब बशीर अहमद वालिद हाजी अहमद यार मरहूम दे रूह को सवाब पहुंचावे आमीन आखो फरमाया बिस्मिल्लाहिर्रहमानिर्रहीम कुल अस्अलुकुम अलैहि अजरन इल्लल मवद्दा फिल कुर्बा अल्लाह फरमाए कुल महबूबा फरमा दो ला अस्अलुकुम ओ मेरी उम्मत लोगो मैं तोड़े कोल कुछ नहीं मंगदा कई शायद सवाल नहीं करेंदा केड़ी शायद उते सवाल नहीं करेंदा अल्लाह कबूल फरमावे फरमा अलैहे अजरा इंदे उते कोई उजरत नहीं मंगदा अलैहे कन मुराद फरमा जरा तो को कलमा पढ़ाए जरा कुरान दिते नबी दा फरमान दिते फरमाया तो कुछ जहन्नम कनु बचा ते जन्नत दे रस्ते ते खणाएम शिरक परस्ती तू बचा ते अल्लाह दी तौहीद दा रोशन दीवा तो ने दिल च कीते ऐ मेरी उम्मत दे लोगो ई दीन पुचावण दे उते मैं जितना मुशक्कत बर्दाश्त कीते जितना तकलीफ बर्दाश्त आओ बचले नौजवान आवन महफिल आवन मेरे हजरात खड़े न रहे वनो खनन नाल वल महफिल दा रंग तुड़ दे नाराज ना थी वाए गर्मी जरूर है पर बर्दाश्त करो इंशाल्लाह अल्लाह रंग ले से खड़े है हजरात बच्चे छोटे सारे बहवनो तक महफिल को अदब तरीके नाल सुन गिनो हजरात गिरामी अल्लाह फरमाए रब द कुरान मेरे नबी दी
میری میٹھی زبان ہے فرمایا میری امت دے لوگو میں جڑا دین پہنچایا میں تکلیف برداشت کی تے مجمع تے دے دے بیٹھا پڑھ لکھے حضرات بیٹھے وے خاندانی لوگ وے آدر آیا دی خود کرن قدر کرن والے لوگ وے مت کو ولول نہ توجہ دیواں بیٹھا میں تو مہمان سفر کر کے آیا میں چاہنا او گال کرنا جڑی ایتھے فائدہ دے وے قبر حشر دی فائدہ دے وے حضرات ہر نبی دکھ برداشت کیتے امت تک دین پہنچاون کیتے پر کتاباں گوائیں جتنا دکھ تے درد تیرے میرے نبی برداشت کیتے ایہو جتنا کہیں نبی دے دکھ اے دین دے بڑی محنت کیتی ہے میرے نبی اور میرے سجنا اج دین نال ساری محبت ہے نہیں اس دین کنو دور تھی گیا ہے آدے بس مولوی گالی کرن سڈے کول دین سنن کی تے ٹائم کہ نہیں جویں بھائی آدا پی آئی بندے کھٹڑے تے بیٹھن حق تے بندے تے کانڈا ملے بندہ سنن کی تے لنگھاوے مت کوئی گال دل کو لگوالے آ میرے دوستو دین نال محبت نہیں کی تھی سڈا خرچ نہیں تھیا دین دے اندر سارے نبیاں مشقت کی تھی پر ذمہ داری نال پڑھدا جتنا دکھ تیرے میرے محمد پاک برداشت کی تھی ایو جتنا کہیں تے دکھ نہیں آئے حضور بڑی تکلیفیں دے نال بڑی محنت نال تو ساسا تک دین پہنچایا ہے فرمایا میں دین پہنچاون تے کوئی اجرت نہ منگدا کوئی درہم و دینار نہ منگدا الا المودت فی القربا مگر میرے اقربا نال میری آل نال مودت کرا ہے اللہ حکم دیتے زبان نبی دیے رب دا قرآن زبان نبی دیے تے تو ساں سن دے بیٹھے ہیں آل نبی دی محبت رکھنا لیا اللہ حکم دیتے میرے نبی دی آل نال مودت کرا ہے محبت نہیں مودت دا حکم ہے حضرات جنہ جنہ حضور دی اولاد نال محبت کی تھی اللہ دی قسم اج انہاں دے مزاراں تے قرآن پڑھی دا آو میرے پاک نبی دے دیوانے او حضور وی شان والے میرے نبی دی اولاد شان والی گرمیے میں دا ٹائم تھوڑا لاوا ذکر تک زیادہ سناوا جمعہ مبارک وی اے تک حضرات جمعہ دی تیاری نہیں کرن آو سنو نبی وی دین تے بڑی مشقت کیتی اے دکھ برداشت کی تن نبی دے گھرانے بڑے دکھ برداشت کی تن دین اسلام دی سر بلندی دی خاطر دین اسلام دی چار دیواری کو مضبوط کرن دی خاطر تیرا میرا امام کربلا دی دھرتی تے تیرا لائے اج جویں دو محرم ہے سجنا ایویں دو محرم ہے ایویں دو پارے دا ویلا میرے پیر دی سواری کربلا دی دھرتی تے پہنچی ہے بشیر مصیب اللہ تیری محنت قبول فرماوے سارے برادران دی جڑے جڑے محفل سجائی بیٹھے وے جڑے محفل چائے بیٹھے وے اج نو محرم ایو ٹائم ای کربلا دی دھرتی ای میرے پیر دی سواری پہنچی ہے حسین پاک سواری کو اگر ٹرن دا ارادہ کریں دن سواری اگن ٹردی ول ٹرن دن سواری اگن ٹردی میرے پیر حسین پوچھے دھرتی دا نا کیا اے دسن والے دسے ایکو ارد ماریا دن ایکو کرب بلا ایکو ارد ماریا دن ایکو کرب بلا دن امام فرمائے عباس جی آقا فرمایا تمبولا
खेमिला। मेरे गादी अब्बास ने अर्ज की आका अजन दी चंग भलखने कुछ सफर अगं कर जुलवा। मेरे इमाम फरमाए गादी असल च गाल है मेरी सवारी तुलदी नहीं लगदे सड़े इश्क दी मंजली आए सड़े इम्तिहान लेवण दी जाई आए तंबूला। जनाब अबुल फजल अब्बास तंबू लावन शुरू की ते आदे आका जमीन तेरा लावने दी जमीन तंबू नी लावने दी खैर होवे मेरा अब्बास आदे आका जिथ किल मरे ना जमीन चू खून ना धारा निकल जाए जिवें तुस तंबू लाए किले लावे इवें जमीन च किला मरे ना विच खून दा धारा फवारे निकल दन। तंबू निलावने दी इमाम हुसैन दी विलायत दा दरिया ठाठ च आ गए। फरमाने गादी जमीन दी मिट्टी चाडे मैं पुछता है जमीन बतूल दे लाल को तेरा क्यों नी विलावने दी। हजरात जमीन दी मिट्टी चा के दीती है सारे मनन ले बैठे वे कोई रिकॉर्डिंग थी दी पई है मतवल कोई आखे जो कारी ममताज आखे हुसैन जमीन नाल अलाने एक थ लिखा खड़े जमीन भला अलेंदी है। ओए सजना ए त सरदार नौकरे नाली जमीन अलेंदी आ हा क्या बात है। ओए ਦੀ ਜ਼ਮੀਨ ਰੋਂਦੀ ਵੀ ਹੈ ਆਖੋ ਕਿੱਥ ਲਿਖਿਆ ਖੜੇ ਦਲੀਲ ਅੱਲਾ ਦਾ ਕੁਰਾਨ ਹੈ ਸਾਰੇ ਹਾਜ਼ਰ ਬੈਠੇ ਹੋ ਤਾਂ ਕੁਰਾਨ ਸੁਣਾਵਾ ਭਾਈ ਬਸ਼ੀਰਾ ਮਸੈ ਮੈਂ ਫਕੀਰ ਕੋ ਸੰਜਈ ਵਾਸਤੇ ਮੈਂ ਕੁਰਾਨ ਸੁਣਾਵਣ ਆਇਆ ਇਹਦੇ ਅੱਬੇ ਦੀ ਰੂਹ ਕੋ ਕੁਰਾਨ ਦੇ ਤੋਹਫੇ ਦੇ ਬਣਾਇਆ। ਮੇਰੇ ਭਾਈ ਅਬਦੁਲ ਰਸ਼ੀਦ ਸਾਹਿਬ ਬੜੇ ਨਾਦ ਖਾਨ ਇਹਨੇ ਫਕੀਰ ਕੋ ਮੁਹੱਬਤ ਨਾਲ ਇਹਦਾ ਪੈਗਾਮ ਦਿੱਤੇ ਸੁਣੋ ਰੱਬ ਦਾ ਕੁਰਾਨ ਹੈ ਪੰਜੀ ਸਿਪਾਰਾ ਹੈ सूरत दुखान फरमाया फमा बकता अलैहि मुस्समा वल अर्द वमा कानु जमीन रुनी है ना आसमान रुने जदा फिरौन गर्क थे इंदी मौत ते ना जमीन रुनी है ना आसमान रुने जदा पाके दा विसाल थी वे रब दे यार दी मौत आवे उना दी मौत ते जमीन ही रोंदी है आसमान ही रोंदे कुराने चसना सुभान अल्लाह। आओ मेरे पाक नबी दे दीवाने ओ इमाम ने जमीन कनो पूछे ऐ जमीन बतूल दे लाल को तेरा क्यों नी वी लावणे दी। जमीन जवाब दिते आदियां सोने तू अमीर नजर दे तेरे नाल छोटे छोटे बाल मेरे ना अर्द मारी आए मैं करब बला तत्या हवाई चल जन मुद्दा दी वेराना मुद्दा दी गैर आबादा तत्या हवाई चल जन मेरे रेत दे जर्रे भाद अंगारे दा मुकाबला करें इत्था वड़े वड़े आए मैं फरियाद करें
ਕਰਦੀ ਰਹੀ ਆ ਕਹੀਂ ਮੈਂ ਤੂੰ ਆਬਾਦ ਨਹੀਂ ਕੀਤਾ ਕੋਈ ਇਥਾਂ ਤੇਰੇ ਨਹੀਂ ਲਾਏ ਤੂੰ ਇਥੋਂ ਮੰਡੀ ਚਾਵਨ ਇਥਾਂ ਤੇਰਾ ਨਲਾ ਮੇਰੇ ਪੀਰ ਨੇ ਜ਼ਮੀਨ ਕੋ ਜਵਾਬ ਦਿੱਤੇ ਆਖੋ ਤਾਂ ਸੁਣਾਵਾ ਚਾ ਜਿਹੜਾ ਜਵਾਬ ਮੌਲਾ ਹੁਸੈਨ ਦਿੱਤੇ ਫਰਮਾਨ ਓ ਰਸੂਦਾ ਗਰ ਹਨ ਤੇ ਮੈਂ ਤਾਜਰ ਹਾਂ ਜੰਨਤ ਦਾ ਇਥਾਂ ਨੂਰੀ ਮਹਲ ਮੈਂ ਤਿਆਰ ਕਰੇ ਸਾਂ ਹਰ ਰਿਸ਼ਤਾਦਾਰ ਦੀ ਰੱਤ ਦਾ ਮੇਰੇ ਪੀਰ ਫਰਮਾਨੀ ਨਵੀਂ ਦੇ ਪੇਸ਼ੀ ਖਿਦਮਤ ਦਾ ਜਦਾ ਖਾਕ ਤਰੀ ਵਿੱਚ ਖੂਨ ਰਲਿਆ ਵੇ ਪਿੱਛੇ ਰੰਗ ਦੇਖੀ ਕੁਦਰਤ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਖਿਲਾਫਤ ਨਾਰੇ ਹਾਇਦਰੀ ਅਜ਼ਮਤ ਹੁਸੈਨ ਸ਼ਾਨ ਸ਼ੁਹਦਾਏ ਕਰਬਲਾ ਸੁਭਾਨ ਅੱਲਾਹ ਮੇਰੇ ਪੀਰ ਨੇ ਜਦੋਂ ਜ਼ਮੀਨ ਕੋ ਤਾਰਫ ਕਰਾਏ ਆਖੋ ਵਾਹ ਹੁਸੈਨ ਸਾਰੇ ਆਖੋ ਜਾ ਵਾਹ ਵਾਹ ਹੁਸੈਨ ਜਦੋਂ ਤਾਰਫ ਕਰਾਏ ਜ਼ਮੀਨ ਕਰਬਲਾ ਕੋ ਜ਼ਮੀਨ ਆਦੀਏ ਅਰਬੀ ਦੀ ਇੱਕ ਕਿਤਾਬ ਹੈ ਉਹਦੇ ਅੰਦਰ ਲਿਖਿਆ ਹੋਇਆ ਹੈ ਸਦੀਆਂ ਪਹਿਲੇ ਅੱਲਾ ਕਬੂਲ ਫਰਮਾਵੇ ਸਦੀਆਂ ਪਹਿਲੇ ਨੂਹ ਅਲੈ ਸਲਾਮ ਦਾ ਗੁਜ਼ਰ ਥੀ ਆਈ ਇਹ ਜ਼ਮੀਨ ਨੇ ਫਰਿਆਦ ਕੀਤੀ ਆਈ ਅੱਲਾ ਦਾ ਨਬੀਆ ਉਜੜੀ ਪਈਆਂ ਮੈਂ ਕੋ ਆਬਾਦ ਕਰ ਹਾਂ ਅੱਲਾ ਦੇ ਨਬੀ ਫਰਮਾਇਆ ਜ਼ਮੀਨ ਤੂੰ ਮੇਰੇ ਹਿੱਸੇ ਦੀ ਨਹੀਂ ਤੂੰ ਹਿੱਸੇ ਆਈ ਅਲੀ ਦੇ ਪੁੱਤਰ ਹੁਸੈਨ ਦੇ।